ਅੱਜ ਫਲੋਰ ਦੀ ਪੰਜਾਬ ਪੁਲਿਸ ਅਕੈਡਮੀ ਵਿੱਚ ਪਾਸਿੰਗ ਆਊਟ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸਿੰਗ ਆਊਟ ਪਰੇਡ ਵਿੱਚ ਪਹੁੰਚੇ। ਪਾਸਿੰਗ ਆਊਟ ਪਰੇਡ ਵਿੱਚ 512 ਜਵਾਨਾਂ ਵੱਲੋਂ ਅੱਜ ਆਪਣੀ ਸਰਵਿਸ ਦੀ ਟ੍ਰੇਨਿੰਗ ਪੂਰੀ ਕਰ ਲਈ ਗਈ, ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹੁਦੇ ਦੀ ਗੋਪਨੀਯਤਾ ਅਤੇ ਸਨਮਾਨ ਦੀ ਸ਼ਪਥ ਦਿਵਾਈ। ਪਰੇਡ ਵਿੱਚ 494 ਸਬ ਇੰਸਪੈਕਟਰ ਅਤੇ 18 DSP ਸ਼ਾਮਲ ਹੋਏ। ਇਸ ਮੌਕੇ ਵਧੀਆ ਪਰਫਾਰਮੈਂਸ ਦੇਣ ਵਾਲੇ 67 ਕੈਂਡੀਡੇਟਸ ਨੂੰ ਮੈਡਲ ਵੀ ਦਿੱਤਾ ਗਿਆ। ਇਸ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ ਦੁਆਰਾ ਮਲਖਮ ਘੋੜਸਵਾਰੀ ਜੈਸੇ ਕਰਤੱਵ ਵੀ ਵਿਖਾਏ ਗਏ। ਅਮਰਿੰਦਰ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਕੋਈ ਗੈਂਗਸਟਰ ਗੜਬੜ ਕਰੇਗਾ ਉਸ ਨੂੰ ਇਸ ਦਾ ਹਰਜਾਨਾ ਭੁਗਤਣਾ ਪਵੇਗਾ। ਜੇਕਰ ਕੋਈ ਵੀ ਗੈਂਗਸਟਰ ਹਥਿਆਰ ਛੱਡਣਾ ਚਾਹੁੰਦਾ ਹੈ ਤਾਂ ਉਹ ਛੱਡ ਵੀ ਸਕਦਾ ਹੈ। ਕੈਸੇ ਰੋਕੇ ਜਿਹੜੇ ਬੰਦੇ ਫੜਨੇ ਸੀ ਉਹ ਟਰੇਸ ਹੋ ਗਏ ਨੇ, ਉਹ ਟਰੇਸ ਹੋ ਜਾਣਗੇ। ਐਡਵਾਂਸ ਤਾਂ ਨਹੀਂ ਅਸੀਂ ਦੱਸਾਂਗੇ ਕਿ ਕੌਣ ਟਰੇਸ ਹੋ ਰਿਹਾ ਕੌਣ ਨਹੀਂ, ਲੇਕਿਨ ਵੀ ਵਿਲ ਨੋਟ ਲੈਟ ਐਨੀ ਬਾਡੀ ਗੋ ਜਿਹੜਾ ਇੱਥੇ ਗੜਬੜ ਕਰਨ ਦੀ ਕੋਸ਼ਿਸ਼ ਕਰ ਰਿਹਾ। ਪੰਜਾਬ ਹੀ ਵਿਲ ਹੈਵ ਟੂ ਪੇ ਦ ਪ੍ਰਾਈਸ। ਇਹ ਮੈਂ ਤੁਹਾਨੂੰ ਕਲੀਅਰਲੀ ਦੱਸ ਦਿੰਦਾ, ਹਥਿਆਰ ਜਿਨ੍ਹਾਂ ਨੇ ਰੱਖਣੇ ਨੇ ਰੱਖਦੇ ਹਨ, ਜਿਨ੍ਹਾਂ ਨੇ ਨਹੀਂ ਰੱਖਣਾ ਫਿਰ ਸਾਹਮਣਾ ਕਰਨ ਪੁਲਿਸ ਦਾ। ਦੈਟ ਇਜ਼ ਸਮਥਿੰਗ ਤੁਸੀਂ ਤਾਂ ਗੁਰ ਗੱਲ ਕਿਤੇ ਹੋਰ ਲੈ ਗਏ ਨਾ। ਮੈਂ ਤਾਂ ਗੱਲ ਕਰ ਰਿਹਾ ਸੀ ਲਾਅ ਐਂਡ ਆਰਡਰ ਦੀ, ਗੈਂਗਸਟਰਿਜ਼ਮ ਦੀ। ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਨਵੈਸਟੀਗੇਸ਼ਨ ਨਾਓ ਫੈਲੀ ਐਡਵਾਂਸਡ। ਜਦੋਂ ਕੁਛ ਥਰੂ ਹੋਏਗਾ DGP ਤੁਹਾਨੂੰ ਦੱਸ ਦਿੰਦੇ। ਜਿਸ ਤਰ੍ਹਾਂ ਹੈਗਾ ਜੀ ਸਰ, ਜਿਹੜੇ ਬੰਦੇ ਆਈਡੈਂਟੀਫਾਈ ਹੋਏ ਹੈ ਉਹਨਾਂ ਦੇ ਵਾਰੰਟ ਇਸ਼ੂ ਹੋ ਗਏ ਹੈ ਔਰ ਉਹ ਪ੍ਰੋਕਲੇਮ ਅਫੈਂਡਰਸ ਬਣ ਰਹੇ ਹੈ, ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈਗੀ ਹੈ। ਉਸ ਤੋਂ ਅੱਗੇ ਫਿਰ ਹੋਰ ਗੱਲ ਵਧੇਗੀ। ਸੋ ਇਹ ਨਹੀਂ ਹੈਗਾ ਕਿ ਵੀ ਇਨਵੈਸਟੀਗੇਸ਼ਨ ਬੰਦ ਹੋ ਗਈ। ਸੀ ਵੀ ਕਾਂਟ ਐਡਵਾਂਸ ਗਿਵ ਦ ਨੇਮਸ ਆਲਸੋ, ਲੇਕਿਨ ਉਹ ਸਭ ਕੁਝ ਦ ਪੁਲਿਸ ਇਜ਼ ਔਨ ਦ ਟੇਲ ਔਨ ਦ ਟੇਲ। ਨਹੀਂ, ਇਹ ਆਪਣੇ ਆਪ 'ਚ ਕੋਈ ਵੱਡੀ ਗੱਲ ਨਹੀਂ ਹੈਗੀ ਜੀ, ਕਿ ਉਦੋਂ ਇਹ ਕਿਹਾ ਗਿਆ ਸੀ ਕਿ ਇਹ ਸ਼ਾਇਦ ਕੋਈ ਟੈਰਰਿਸਟ ਹੋਣ ਜਾਂ ਪਾਕਿਸਤਾਨ ਦੀ ਕਾਰਵਾਈ ਹੋਵੇ, ਅਤੇ ਹੋਇਆ ਇਹ ਕਿ ਸਾਡੇ ਗੁਆਂਢ 'ਚ ਬੈਠੇ ਇੱਕ ਡੇਰੇ 'ਚ ਹੋਇਆ ਸਾਰਾ ਕੁਛ। ਦੇਖੋ ਇਹ ਗੱਲਾਂ ਹੁਣ ਲੈਟ ਦੀ ਇਨਵੈਸਟੀਗੇਸ਼ਨ ਟੂ ਬੀ ਕੰਪਲੀਟ, ਫਿਰ ਤੁਹਾਨੂੰ ਸਾਰੀਆਂ ਗੱਲਾਂ ਅਸੀਂ ਦ DGP ਵਿਲ ਹੈਵ ਅ ਪ੍ਰੈਸ ਕਾਨਫਰੰਸ, ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਸੀ ਕਿਹੜੀਆਂ ਵਾਰ whether it is, whether it is local, whether it is Pakistan, whether it is a pure girl, everything will be National Defence Academy Khadakwasla has become a university. Oh, they give degrees for it, so it is possible apni apni bhi sir sada ji gurnanak dev university de sir Chandigarh hai ji Punjab se pehla assi JNU de naal hunde si, theek hai ji, now they are able to give the degrees themselves. Ethe hi gurnanak dev university hai, kisi university unna sada already MOU hai ga ਤਾਂ ਚੰਡੀਗੜ੍ਹ ਏਅਰਪੋਰਟ ਨੇ ਅਸੀਂ ਕਹਿ ਚੁੱਕੇ ਹਾਂ ਦੈਟ ਇਜ਼ ਦੈਟ ਇਟ ਮਸਟ ਬੀ ਆਫਟਰ ਸਮ ਆਫ ਆਰ ਮਾਰਟਰਸ ਜਿਹੜੇ ਨੇ, ਔਰ ਉਹਨਾਂ ਦੇ ਮਗਰ ਅਸੀਂ ਸ਼ਹੀਦ ਭਗਤ ਸਿੰਘ ਦਾ ਨਾਮ ਲਿਖਿਆ ਸੀ। ਐਂਡ ਆਈ ਹੋਪ ਦੈਟ ਦੀ CM ਹਰਿਆਣਾ ਵਿਲ ਅਗਰੀ ਟੂ ਦਿਸ, ਬਿਕੋਜ਼ ਹੀ ਇਜ਼ ਅ ਨੈਸ਼ਨਲ ਮਾਰਟਰ, ਹੀ ਇਜ਼ ਨੋਟ ਅ ਮਾਰਟਰ ਓਨਲੀ ਆਫ ਪੰਜਾਬ, ਸਾਰੇ ਹਿੰਦੁਸਤਾਨ ਦੇ ਮਾਰਟਰ ਨੇ। ਤੋ ਇਹ ਜ਼ਰੂਰ ਅਸੀਂ ਆਈ ਵਿਲ ਟੇਕ ਇਟ ਅਪ ਵਿਦ ਦ ਚੀਫ ਦੇਖੋ ਵੀ ਵਿਲ ਸਿਟ ਵਿਦ ਦੀ ਮੈਂਬਰ ਪਾਰਲੀਮੈਂਟ ਐਂਡ ਆਰ MLAs ਫਰੋਮ ਦਿਸ ਏਰੀਆ ਐਂਡ ਵੀ ਵਿਲ ਵਰਕ ਆਊਟ। ਅਸੀਂ ਕੋਈ ਪਿੱਛੇ ਨਹੀਂ ਰਹਿਣ ਦੇਣੀ, ਦੇਰ ਇਜ਼ ਨੋ ਸ਼ਾਰਟੇਜ ਆਫ ਫੰਡ। ਥੈਂਕ ਯੂ। ਉੱਥੇ ਇਸ ਮੌਕੇ OBC ਘੁਟਾਲੇ ਵਿੱਚ CBI ਦੁਆਰਾ ਦਰਜ ਕੀਤੀ ਗਈ FIR ਵਿੱਚ ਕੈਪਟਨ ਦੇ ਦਿਮਾਗ ਦਾ ਨਾਮ ਆਉਣ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਭ ਕੁਝ ਸਿਰਫ ਬਕਵਾਸ ਹੈ। ਸਾਡੀ ਪਾਰਟੀ ਦੇ ਓਪੋਜ਼ਿਸ਼ਨ। ਆਪ ਜੀ ਦੇਖ ਰਹੇ ਹੋ ਪਟਿਆਲਾ TV ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ TV।